ਦਾ ਕੋਈ ਸੇ ਨੂੰ ਤੁਹਾਨ ਇਸ ਕਰਮ ਦੇ ਮਾਤਾ ਸੰਦੇ ਵਾਹਿਗੁਰੂ ਚਰਨੇ ਪ੍ਰਾਰਥਨਾ ਦਾ ਕਿ ਕਿਰਪਾ ਸੇ ਕਿ ਮਤਵਾਰ ਸੇ ਤੇ ਕਰਤਾ ਬਚਨ ਸੇ ਤੇ ਕਰਤਾ ਸਿੰਗਲ ਕੋਸ਼ਿਸ਼ ਕਰੀ ਨਾਮ ਦਰ ਬਖਸ਼ੀ ਕਰੀ ਜੋ ਸੰਕਲ ਗੁਰਮੁਖ ਪਿਆਰੇ ਕਿ ਤੁਸ ਕਰ ਦਿੱਤ ਮਾ ਦਾ ਸੇ ਹੈ ਕਿ ਆਨੇ ਪਰ ਪੂਰ ਕਰਨ ਇਸ ਬਤ ਮਾਈ ਕਰ ਸੇ ਤੇ ਕਰਤਾ ਪਰਵਾਰ ਨੂੰ ਸੁਖ ਸ਼ਾਂਤੀ ਰਤਾਉ ਚੜ੍ਹਦੇ ਕਲਾ ਕੋਸ਼ਿਸ਼ ਕਰਨੀ ਆ ਪਰਮ ਕਰਨੇ ਪਤੇ ਕਰਨੀ ਤੇ ਸਭ ਤੋਂ ਸਾਥੀ ਇਸ ਵਾਰ ਕਮਾਂ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ਾਦੀ ਹੋਈ ਹੈ ਥੋੜੇ ਦਿਨ ਹੋਏ ਹਨ ਇਹਨਾਂ ਦੇ ਵਿੱਚ ਕੀ ਦੇਖਿਆ ਹੈ ਤਿੰਨਾਂ ਦਿਨਾਂ 'ਚ ਮੂੰਹ ਤੇ ਕੋਈ ਸਿਫਤ ਨਹੀਂ ਹੈ ਪਰਿਵਾਰ ਦੀ ਗੁਰੂ ਮਹਾਰਾਜ ਦੀ ਬਖਸ਼ਿਸ਼ ਹੈ ਦੋਨੋਂ ਹੀ ਇਹਨਾਂ ਦੀ ਨਵੀਂ ਸ਼ਾਦੀ ਹੋਈ ਬੱਚੇ ਦੀ ਬੜੀ ਸੇਵਾ ਕੀਤੀ ਤਾਂ ਮੈਂ ਸੱਚੇ ਦਿਲੋਂ ਅਰਦਾਸ ਕਰਦਾ ਹਾਂ ਕਿ ਗੁਰੂ ਮਹਾਰਾਜ ਇਹਨਾਂ ਦੋਨਾਂ ਬੱਚਿਆਂ ਨੂੰ ਗੁਰੂ ਮਹਾਰਾਜ ਆਪਣਾ ਪ੍ਰੇਮ ਪਿਆਰ ਬਖਸ਼ਣ ਤੇ ਚੜ੍ਹਦੀਆਂ ਕਲਾ ਬਖਸ਼ਣ ਸੋ ਆਓ ਅਗਲਾ ਪ੍ਰੋਗਰਾਮ ਆਪਾਂ ਸਰਵਣ ਕਰਾਂਗੇ ਸਾਡੇ ਤੋਂ ਪਹਿਲਾਂ ਰਾਗੀ ਜਥੇ ਨੇ ਬੜੇ ਸੋਹਣੇ ਤਰੀਕੇ ਸੁਚੱਜੇ ਢੰਗ ਦੇ ਨਾਲ ਆਪ ਜੀ ਨੂੰ ਕੀਰਤਨ ਸਰਵਣ ਕਰਾਇਆ ਹੈ ਅਸੀਂ ਵੀ ਥੋੜ੍ਹੇ ਦੇਰ ਵਾਸਤੇ 11:30 ਵਜੇ ਤੱਕ ਕੀਰਤਨ ਆਪ ਜੀ ਨੂੰ ਸੁਣਾਵਾਂਗੇ ਉਸ ਤੋਂ ਬਾਅਦ ਸਮਾਪਤੀ ਦੀ ਅਰਦਾਸ ਕਰਦੇ ਹਾਂ ਸੋ ਆਓ ਜੀ ਆਪ ਜੀ ਵਾਸਤੇ ਗੁਰੂ ਮਹਾਰਾਜ ਜੀਵ ਨੂੰ ਕਿਸੇ ਦਾ ਸਹਾਰਾ ਚਾਹੀਦਾ ਹੈ ਸਹਾਰਾ ਜਿਸ ਤਰ੍ਹਾਂ ਬੱਚੇ ਨੂੰ ਆਪਣੇ ਮਾਤਾ ਪਿਤਾ ਦਾ ਸਹਾਰਾ ਚਾਹੀਦਾ ਹੈ ਦਰਖਤ ਨੂੰ ਧਰਤੀ ਦਾ ਸਹਾਰਾ ਚਾਹੀਦਾ ਹੈ ਇਸੇ ਤਰ੍ਹਾਂ ਕਿਸੇ ਨਾ ਕਿਸੇ ਚੀਜ਼ ਨੂੰ ਕਿਸੇ ਦਾ ਸਹਾਰਾ ਚਾਹੀਦਾ ਹੈ ਤਾਂ ਹੀ ਉਸ ਸਹਾਰੇ ਦੇ ਨਾਲ ਉਹ ਵੱਧਦਾ ਹੈ ਫੁੱਲਦਾ ਹੈ ਤਰੱਕੀ ਕਰਦਾ ਹੈ ਤੋ ਇਹਨਾਂ ਬੱਚਿਆਂ ਨੂੰ ਬੜਾ ਸਹਾਰਾ ਆਪਣੇ ਮਾਤਾ ਪਿਤਾ ਦਾ ਮਿਲਿਆ ਹੈ ਨਵਾਂ ਘਰ ਗੁਰੂ ਮਹਾਰਾਜ ਨੇ ਇਹ ਬਖਸ਼ਿਆ ਹੈ ਦੋਨਾਂ ਬੱਚਿਆਂ ਨੂੰ ਸੋ ਆਓ ਜੀ ਮੈਂ ਗੁਰਬਾਣੀ ਦੇ ਵਿੱਚੋਂ ਹੀ ਨਵੀਂ ਚੀਜ਼ ਮਿਲੇ ਤੇ ਬੜੀ ਖੁਸ਼ੀ ਹੁੰਦੀ ਹੈ ਕੋਈ ਤਰੱਕੀ ਹੋਏ ਇਨਸਾਨ ਦੀ ਤੇ ਖੁਸ਼ੀ ਹੁੰਦੀ ਹੈ ਜੇ ਪਰਮਾਤਮਾ ਦਾ ਚੰਗਾ ਗਿਆਨ ਮਿਲ ਜਾਏ ਮਨ ਨੂੰ ਤੇ ਮਨ ਨੂੰ ਖੁਸ਼ੀ ਹੁੰਦੀ ਹੈ ਸੋ ਆਓ ਗੁਰੂ ਮਹਾਰਾਜ ਨੇ ਘਰ ਬਖਸ਼ਿਆ ਹੈ ਘਰ ਗੁਰੂ ਮਹਾਰਾਜ ਨੇ ਮਹਾਰਾਜ ਭਗਤ ਨਾਮਦੇਵ ਜੀ ਨੂੰ ਬਖਸ਼ਿਆ ਸੀਗਾ
ਉਹਨਾਂ ਦੀ ਛਣ ਬੰਨੀ ਸੀ ਆ ਕੇ ਤੇ ਉਹਨਾਂ ਦੇ ਮਨ ਵਿੱਚ ਇਤਨੀ ਖੁਸ਼ੀ, ਉਹਨਾਂ ਨੂੰ ਨਹੀਂ ਖੁਸ਼ੀ ਸਾਰੇ ਮਹੱਲੇ ਵਾਲਿਆਂ ਨੂੰ ਖੁਸ਼ੀ ਸੀ ਕਿ ਸਾਡੇ ਮਹੱਲੇ ਦੇ ਵਿੱਚ ਕੋਈ ਨਵਾਂ ਘਰ ਬਣਿਆ ਹੈ। ਜਦੋਂ ਕੋਈ ਨਵੀਂ ਚੀਜ਼ ਬਣੇ ਤੇ ਬੜੀ ਤਕਨੀਕ ਦੇ ਨਾਲ ਬਣੇ, ਉਹਨੂੰ ਦੂਰੋਂ ਦੂਰੋਂ ਲੋਕ ਦੇਖਣ ਆਉਂਦੇ ਹਨ ਕਿ ਕੋਈ ਨਵੀਂ ਚੀਜ਼ ਬਣੀ ਹੈ, ਕਿਸੇ ਇੰਜੀਨੀਅਰ ਨੇ ਤਿਆਰ ਕਰੀ ਹੈ। ਤੋਂ ਇਸ ਸਟੇਟ ਦੇ ਵਿੱਚ, ਇਸ ਪਿੰਡ ਦੇ ਵਿੱਚ ਇੱਕ ਨਵਾਂ ਘਰ ਬਣਿਆ, ਜਿਸ ਘਰ ਨੂੰ ਮਹੱਲੇ ਦੇ ਲੋਕ ਤੇ ਦੇਖਣੀ ਆਏ, ਸਾਰੇ ਸੰਸਾਰ ਨੇ ਦੇਖਣ ਉਹਨੂੰ ਆਣਾ ਕੀਤਾ ਤੇ ਦੇਖਣ ਆਏ। ਆਓ ਕਿਸ ਤਰ੍ਹਾਂ ਘਰ ਬਣਿਆ ਇਹ ਸ਼ਬਦ ਵਿੱਚ ਦੱਸਿਆ ਜਾਏਗਾ। ਮਹਾਰਾਜ ਜੀ ਭਗਤ ਨਾਮਦੇਵ ਜੀ ਦੱਸਦੇ ਹਨ ਕਿ ਸਾਡਾ ਘਰ ਕਿਸ ਤਰ੍ਹਾਂ ਬਣਿਆ। ਭਾਈ, ਜੇ ਤੁਸੀਂ ਆਪਣਾ ਕੋਈ ਅਮੋਲਕ ਦਾਤ ਲੈਣੀ ਚਾਹੁੰਦੇ ਹੋ ਤੇ ਤੁਸੀਂ ਪ੍ਰੇਮ ਕਰਨਾ ਪ੍ਰਮਾਤਮਾ ਦੇ ਨਾਲ ਤੇ ਤੁਹਾਡਾ ਵੀ ਘਰ ਬਣ ਜਾਊਗਾ। ਆਓ ਇਸ ਸ਼ਬਦ ਦੇ ਵਿੱਚ ਅਰਦਾਸ ਕਰਕੇ ਸ਼ੁਰੂ ਕਰਾਂਗੇ। ਮਹਾਰਾਜ ਬਖਸ਼ਾ ਕਰਾਂਗੇ। ਵਾਹਿਗੁਰੂ ਸਾਰੀਆਂ ਖਤਮ ਹੋ ਚੁੱਕੀਆਂ ਸੀ, ਕੁਝ ਮੰਗਦੇ ਨਹੀਂ ਸਨ।
ਪਰਿਵਾਰ ਦਾ ਸੁੱਖ ਨਹੀਂ ਸਨ ਮੰਗਦੇ, ਹੋਰ ਕੋਈ ਵੀ ਚੀਜ਼ ਨਹੀਂ ਸਨ ਮੰਗਦੇ। ਕੀ ਮੰਗਦੇ ਸਨ? ਸਿਰਫ ਵਾਹਿਗੁਰੂ ਦਾ ਉਹਨਾਂ ਦਾ ਪਿਆਰ ਮੰਗਦੇ ਸਨ ਤੇ ਉਹਨਾਂ ਦਾ ਆਪਣੇ ਘਰ ਦੇ ਵਿੱਚ ਆਉਣਾ ਮੰਗਦੇ ਸਨ ਕਿ ਤੁਸੀਂ ਸਾਡੇ ਘਰ ਦੇ ਵਿੱਚ ਆ ਕੇ ਪ੍ਰਗਟ ਹੋ ਜਾਓ। ਜਿਸ ਤਰ੍ਹਾਂ ਆਮੋ ਸਾਹਮਣੇ ਆਪਾਂ ਬੈਠੇ ਹਾਂ, ਉਹ ਇਹ ਮੰਗਦੇ ਸਨ ਪਰਮਾਤਮਾ ਕੋਲੋਂ, ਹੈ ਵਾਹਿਗੁਰੂ ਜੀ, ਇਹ ਜੋ ਤਨ ਹੈ ਮੇਰਾ, ਇਹ ਤੇ ਆਪ ਜੀ ਦਾ, ਹੁਣ ਤਾਂ ਮੈਨੂੰ ਕੁਝ ਪਤਾ ਨਹੀਂ ਲੱਗਦਾ, ਪਰ ਮੈਂ ਇੱਕੋ ਹੀ ਚੀਜ਼ ਮੰਗਦਾ ਹਾਂ ਕਿ ਤੁਸੀਂ ਇਸ ਛੰਨ ਦੇ ਵਿੱਚ ਆ ਕੇ ਪ੍ਰਗਟ ਹੋ। ਪਿਆਰ ਦੇ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਹੁਤ ਵੱਡੀ ਗੱਲ ਹੈ ਕਿਉਂਕਿ ਉਹ ਬ੍ਰਹਿਮੰਡਾਂ ਖੰਡਾਂ ਦੇ ਮਾਲਕ ਬਹੁਤ ਵੱਡੇ ਹਨ, ਇਹ ਕਰਮਾਂ ਦੇ ਨਾਲ ਮਿਲਦੇ ਹਨ, ਪਤਾ ਨਹੀਂ ਕਿਹਨੂੰ ਮਿਲਣ, ਤੇ ਜੇ ਕਿਸੇ ਨੂੰ ਮਿਲੇ ਹਨ ਤੇ ਉਹ ਦੱਸਦਾ ਨਹੀਂ। ਭਾਈ ਜਿਨ੍ਹਾਂ ਨੂੰ ਮਿਲਿਆ ਹੈ ਤੇ ਸਾਰਿਆਂ ਦੇ ਸਾਹਮਣੇ ਆ ਕੇ ਉਹਨਾਂ ਨੇ